12 दिसंबर 2014 ਨੂੰ ਰਿਲੀਜ਼ ਹੋਈ ਫਿਲਮ ਗੋਰਿਆਂ ਨੂੰ ਦਫਾ ਕਰੋ ਬਾਕਸ ਆਫਿਸ ਤੇ ਬਲੌਕਬਸਟਰ ਰਹੀ, ਜਿਹਦੇ ਵਿੱਚ ਅਮਰਿੰਦਰ ਗਿੱਲ, ਬੀਨੂ ਢਿੱਲੋਂ, ਯੋਗਰਾਜ ਸਿੰਘ, ਸਰਦਾਰ ਸੋਹੀ ਤੇ ਰਾਣਾ ਰਣਬੀਰ ਅਤੇ ਕਰਮਜੀਤ ਅਨਮੋਲ ਸਭ ਨੇ ਆਪਣੇ ਆਪਣੇ ਕਿਰਦਾਰ ਦੇ ਨਾਲ ਪਬਲਿਕ ਨੂੰ ਇੰਟਰਟੇਨ ਕੀਤਾ। ਫਿਲਮ ਨੂੰ ਡਾਇਰੈਕਟ ਕੀਤਾ ਸੀ ਪੰਕਜ ਬੱਤਰਾ ਨੇ ਤੇ ਜੇ ਗੱਲ ਕਰੀਏ ਫਿਲਮ ਦੀ ਕਮਾਈ ਦੀ ਤਾਂ ਬਾਕਸ ਆਫਿਸ ਤੇ ਹਿੱਟ ਰਹੀ ਫਿਲਮ ਨੇ ਲਗਭਗ 13 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਹੁਣ ਅਨਾਊਂਸ ਹੋਈ ਫਿਲਮ ਗੋਰਿਆਂ ਨੂੰ ਦਫਾ ਕਰੋ 2 2020 ਦੇ ਪਹਿਲੇ 3 ਮਹੀਨਿਆਂ ਚੋਂ ਕਿਸੇ ਇੱਕ ਮੁਕੰਮਲ ਡੇਟ ਨੂੰ ਰਿਲੀਜ਼ ਹੋ ਸਕਦੀ ਹੈ ਤੇ ਇਸ ਫਿਲਮ ਦੇ ਵਿੱਚ ਪਹਿਲੀ ਫਿਲਮ ਦੇ ਨਾਲੋਂ ਕੀ ਵੱਖਰਾ ਦੇਖਣ ਨੂੰ ਮਿਲੇਗਾ ਤੇ ਇਹਦਾ ਅੰਦਾਜ਼ਾ ਤਾਂ ਪਬਲਿਕ ਨੂੰ ਪੋਸਟਰ ਦੇਖਦਿਆਂ ਹੀ ਹੋ ਗਿਆ ਹੋਣਾ। ਇਸ ਫਿਲਮ ਵਿੱਚ ਅਮਰਿੰਦਰ ਗਿੱਲ ਤੇ ਅੰਮ੍ਰਿਤ ਮਘੇਰਾ ਮੇਨ ਲੀਡ ਤੇ ਨਜ਼ਰ ਆਉਣਗੇ। ਇਹ ਜੋੜੀ ਨੂੰ ਪਬਲਿਕ ਵੱਲੋਂ ਕਿੰਨੀ ਕੁ ਸਲਾਹਣਾ ਮਿਲੇਗੀ ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।